ਅੱਛਾ ਜੀ ਹਿਬਾ ਬੜੀ ਖੁਸ਼ ਹੈ ਕਿ ਵਧੀਆ ਮੈਂ ਨਾ ਫਰਾਕ ਸਿਲਾਈ ਕੀਤੀ ਆ। ਇਹ ਦੇਖੋ ਹਾਂ ਆਂਟੀ ਮਾਮੂ ਦੇਖੋ। ਅੱਛਾ ਜੀ ਇਹਦੀ ਮੈਂ ਫਰੋਕ ਸਿਲਾਈ ਕੀਤੀ ਹੈ, ਬੜੀ ਪਿਆਰੀ ਫਰੋਕ ਬਣ ਕੇ, ਬਸ ਲੈਸ ਕੋਈ ਨਹੀਂ ਲਗਾਈ, ਸਾਦਾ ਜੀ ਸਿਲਾਈ ਕੀਤੀ ਹੈ। ਅਤੇ ਇਹ ਸਿਰਫ ਮੈਂ ਨਾ ਇਹ ਪੱਟੀਆਂ ਲਗਾਈਆਂ ਵਾਂ, ਚਾਰ ਚੁਫੇਰੇ ਲਗਾਈਆਂ ਵਾਂ ਅਤੇ ਕੁਛ ਬਚ ਗਈ ਸੀ ਅਤੇ ਫਿਰ ਮੈਂ ਇੱਥੋਂ ਦੀ ਲਗਾ ਦਿੱਤੀ ਆ ਫਰੰਟ ਸਾਈਡ 'ਤੇ, ਅਤੇ ਗਲੇ 'ਤੇ ਵੀ ਲਗਾਈ ਆ ਅਤੇ ਬਾਜ਼ੂਆਂ 'ਤੇ ਵੀ ਡਿਜ਼ਾਇਨ ਜਿਹੜਾ ਹੈ ਨਾ ਬਣਾਇਆ ਵਾ। ਦੇਖੋ ਇਹ ਬਾਜ਼ੂਆਂ 'ਤੇ ਡਿਜ਼ਾਇਨ ਬਣ ਗਿਆ ਔਰ ਗਲੇ 'ਤੇ ਵੀ ਦੋ ਪੱਟੀਆਂ ਗਲੇ 'ਤੇ ਲਗਾਈਆਂ ਵਾਂ, ਗੋਲ ਗਲਾ ਬਣਾ ਕੇ ਨਾ ਬੜਾ ਪਿਆਰਾ ਸੂਟ ਬਣ ਗਿਆ। ਅਤੇ ਆ ਇਸ ਦਾ ਪਜਾਮਾ ਵਾ, ਅਤੇ ਹਿਬਾ ਕਹਿੰਦੀ ਆ ਕਿ ਜਲਦੀ ਮੇਰੇ ਪਜਾਮੇ 'ਚ ਨਾ ਲਾਸਕ ਡਾਲ ਕੇ ਦਿਉ, ਮੈਂ ਨਾ ਪਹਿਨ ਲਵਾਂ। ਅਤੇ ਇਹ ਵਾਲਾ ਜਿਹੜਾ ਹੈ ਨਾ ਇਹ ਹੀਰਾ ਬੇਟੀ ਦਾ ਵਾ, ਅਤੇ ਹੀਰਾ ਦੀ ਪਜਾਮੇ 'ਚ ਵੀ ਲਾਸਕ ਡਾਲਦੀ ਹਾਂ ਅਤੇ ਹੀਰਾ ਨੂੰ ਵੀ ਪਹਿਨਾ ਕੇ ਦੇਖਦੇ ਹਾਂ, ਚੈੱਕ ਕਰਦੇ ਹਾਂ ਹੀਰਾ ਨੂੰ ਕਿਸ ਤਰ੍ਹਾਂ ਦਾ ਲੱਗਦਾ ਵਾ। ਚਲੋ ਮੈਂ ਲਾਸਕ ਡਾਲ ਦਿੰਦੀ ਹਾਂ ਪਜਾਮੇ 'ਚ ਅਤੇ ਫਿਰ ਤੁਸੀਂ ਨਹਾ ਕੇ ਨਾ ਪਾ ਲਓ। ਹਾਂਜੀ ਤੁਸੀਂ ਨਹਾਇਆ ਸੀ, ਅਤੇ ਚਲੋ ਮੈਂ ਕਰ ਦਿੰਦੀ ਹਾਂ ਨਾ। ਅਤੇ ਇਹ ਮੈਂ ਅੱਜ ਫਰੋਕ ਸਿਲਾਈ ਕੀਤੀ ਹੈ ਹਿਬਾ ਦੀ, ਅਤੇ ਹਿਬਾ ਬਹੁਤ ਖੁਸ਼ ਆ। ਹਾਂਜੀ ਲਾਸਕਟ ਹੈ, ਪਾ ਦਿੰਦੀ ਹਾਂ। ਨਾਲਾ ਪੋਨੀ ਲੈ ਕੇ ਆਓ ਤੁਸੀਂ, ਬਸ ਲੈ ਕੇ ਆਓ ਨਾਲਾ ਪੋਨੀ, ਮੈਂ ਪਾ ਦਿੰਦਾ। ਮੈਂ ਨਾ ਚੈੱਕ ਨਹੀਂ ਕੀਤੀ ਹਿਬਾ ਨੂੰ ਕਿਤੇ ਲੰਬੀ ਨਾ ਹੋਵੇ। ਚਲੋ ਕੋਈ ਨਹੀਂ, ਮਾਸ਼ਾਅੱਲਾ ਹਿਬਾ ਬੜੀ ਸਾਰੀ ਹੋ ਗਈ ਹੈ, ਲੰਬੀ ਵੀ ਹੋਈ ਤਾਂ ਕੋਈ ਗੱਲ ਨਹੀਂ। ਹਾਂਜੀ ਹਾਂਜੀ ਹੀਰਾ ਦਾ ਵੀ ਚੈੱਕ ਕਰਦੇ ਹਾਂ ਨਾ ਹਿਬਾ, ਹੀਰਾ ਦਾ ਵੀ ਕਿਸ ਤਰ੍ਹਾਂ, ਹੀਰਾ ਨੂੰ ਵੀ ਪਾ ਕੇ ਚੈੱਕ ਕਰ ਲੈਂਦੇ ਹਾਂ। ਸ਼ਾਮ ਹੋ ਗਈ ਆ ਅਤੇ ਛੋਟੀ ਬਣਾਉਣ ਲੱਗੀ ਹੈ ਜੀ ਗੋਭੀ ਗੋਸ਼ਤ, ਮੋਇਜ਼ ਬੇਟੇ ਦੀ ਫਰਮਾਇਸ਼ 'ਤੇ। ਗੋਭੀ ਕਿੰਨੀ ਸੋਹਣੀ, ਇੰਨੀ ਫਰੈਸ਼ ਭਾਈ ਗੋਭੀ ਲੈ ਕੇ ਆਇਆ ਵਾ। ਗੋਭੀ ਔਰ ਆਲੂ ਥੋੜ੍ਹੇ ਜਿਹੇ ਕੱਟ ਕੀਤੇ ਆ, ਲਸਣ ਔਰ ਅਦਰਕ ਦੀਆਂ ਕਲੀਆਂ, ਅਤੇ ਇਹ ਜੀ ਪਿਆਜ਼ ਆ, ਅਤੇ ਟਮਾਟਰ, ਹਰੀਆਂ ਮਿਰਚਾਂ, ਅਤੇ ਇਹ ਜਿਹੜਾ ਅਦਰਕ ਹੈ ਨਾ ਵਾਧੂ ਆ, ਕੱਲ੍ਹ ਦੀ ਹਾਂਡੀ 'ਚ ਕੰਮ ਆਏਗਾ। ਅਤੇ ਸਬਜ਼ੀ ਜਿਹੜੀ ਹੈ ਨਾ ਔਲਰੇਡੀ ਸਾਰੀ ਬਣਾ ਲਈ ਹੈ, ਤਿਆਰ ਹੋ ਗਈ ਹੈ, ਅਤੇ ਬਸ ਚਿਕਨ ਰਹਿ ਗਿਆ ਧੋਣੇ ਵਾਲਾ, ਅਤੇ ਹਾਂਡੀ ਬਣਾਵਾਂਗੇ। ਅਤੇ ਹਿਬਾ ਬਹੁਤ ਕਾਲੀ ਆ, ਲਿਆਓ ਲਾਸਕਟ, ਅਤੇ ਹਿਬਾ ਦੇ ਪਜਾਮੇ 'ਚ ਲਾਸਕਟ ਪਾ ਕੇ ਦਿੰਦੀ ਹਾਂ ਹਿਬਾ ਨੂੰ, ਅਤੇ ਜੀ ਹਿਬਾ ਕੱਪੜੇ ਪਾ ਲਵੇ, ਨਾਲਾ ਪੋਣੀ ਵੀ ਲੈ ਆਈ ਆ ਅਤੇ ਲਾਸਕਟ ਵੀ ਲੈ ਆਈ ਆ। ਚਲੋ ਆਹ ਸਬਜ਼ੀ ਉੱਧਰ ਰੱਖ ਕੇ ਆਉਣਾ ਅਤੇ ਮੈਂ ਪਾ ਕੇ ਦਿੰਦੀ ਹਾਂ ਤੁਹਾਨੂੰ। ਇਹ ਛੁਰੀਆਂ ਵੀ ਲੈ ਜਾਓ ਮੇਰਾ ਬੇਟਾ, ਆਲੂ ਫੜੋ ਇਹ ਛੁਰੀਆਂ। ਅੱਛਾ ਜੀ ਸਾਲਣ ਰੱਖ ਲਿਆ ਵਾ, ਅੱਗ ਚੱਲਣ ਦਈ ਆ ਮੱਠੀ, ਅਤੇ ਹਾਂਡੀ ਪੱਕ ਰਹੀ ਆ, ਲਸਣ ਪਿਆਜ਼ ਟਮਾਟਰ ਮਿਰਚਾਂ ਹਰ ਚੀਜ਼ ਜੀ ਫਰਾਈ ਹੋਣ ਦਈਆਂ ਵਾ। ਇਹ ਜੀ ਸਾਡਾ ਚਿਕਨ ਮਾਸ਼ਾਅੱਲਾ ਜੀ ਅੱਛੀ ਤਰ੍ਹਾਂ ਵਾਸ਼ ਕਰਕੇ ਰੱਖਿਆ ਹੋਇਆ ਵਾ, ਹੁਣ ਇਹਦੀ ਵਾਰੀ ਇਹਨੂੰ ਹਾਂਡੀ 'ਚ ਪਾਵਾਂਗੇ। ਅੱਛਾ ਜੀ ਮੈਂ ਨਹਾ ਕੇ ਖੁਦ ਫਰੈਸ਼ ਹੋਈ ਹਾਂ, ਅਤੇ ਇਹ ਜਿਹੜਾ ਸੂਟ ਹੈ ਨਾ ਉਸ ਦਿਨ ਮੈਂ ਲਿਆ ਸੀਗਾ, ਇਹ ਹਮਨਾ ਬੇਟੀ ਨੇ ਕੁਰਾਨੇ ਪਾਕ ਪੂਰਾ ਕੰਪਲੀਟ ਕਰ ਲਿਆ ਵਾ, ਪੜ੍ਹ ਲਿਆ ਵਾ, ਅਤੇ ਇਹਦੀ ਟੀਚਰ ਨੂੰ ਇਹ ਵਾਲਾ ਸੂਟ ਔਰ ਇਹ ਮਠਿਆਈ ਦਾ ਡੱਬਾ ਜਿਹੜਾ ਹੈ ਨਾ ਇਹ ਦੇਣਾ ਵਾ। ਇਹ ਸੁਬਾਹ ਅਹਿਮਦ ਭਾਈ ਗਏ ਸੀ ਬਾਜ਼ਾਰ, ਅਤੇ ਅਹਿਮਦ ਭਾਈ ਕੋਲੋਂ ਮੈਂ ਮੰਗਵਾਇਆ ਸੀਗਾ, ਅਤੇ ਇਹ ਹੁਣ ਮੈਂ ਨਾ ਦੇਣ ਜਾ ਰਹੀ ਹਾਂ ਅਗਲਾ
ਮਠਿਆਈ ਔਰ ਇਹ ਸੂਟ ਦੋਨੋਂ ਦੇ ਕੇ ਆਉਂਦੀ ਹਾਂ। ਹਮਨਾ ਬੇਟੀ ਵੀ ਨਾਲ ਜਾ ਰਹੀ ਹੈ ਅਤੇ ਹਿਬਾ ਤਾਂ ਮੌਜ ਤੱਕ ਕਦੋਂ ਦੇ ਤਿਆਰ ਹੋਏ ਬੈਠੇ ਆ ਜੀ, ਅਸੀਂ ਵੀ ਨਾਲ ਜਾਣਾ ਅਤੇ ਇਹਨਾਂ ਨੂੰ ਨਾਲ ਲੈ ਕੇ ਜਾਊਂਗੀ ਅਤੇ ਹੀਰਾ ਬੇਟੀ ਨੂੰ ਵੀ ਨਾਲ ਹੀ ਲੈ ਕੇ ਜਾਣਾ, ਉਹਦੀ ਤਿਆਰੀ ਕਰਨੀ, ਉਹਦੀ ਤਿਆਰੀ ਕਰ ਲਵਾਂ ਅਤੇ ਫਿਰ ਚੱਲਦੇ ਹਾਂ। ਮੈਂ ਨਾ ਛਾਪਰ 'ਚ ਪਾ ਲਵਾਂ ਮਠਿਆਈ ਵੀ ਔਰ ਸੂਟ ਵੀ, ਦੋਵਾਂ ਚੀਜ਼ਾਂ। ਗੋਭੀ ਗੋਸ਼ਤ ਦਾ ਸਾਲਨ ਜਿਹੜਾ ਹੈ ਨਾ ਸਾਡਾ ਤਿਆਰ ਹੋ ਗਿਆ ਵਾ, ਪੱਕ ਗਿਆ ਵਾ। ਮੈਨੂੰ ਤਾਂ ਭੁੱਖ ਬੜੀ ਲੱਗੀ ਹੋਈ, ਮੈਂ ਤਾਂ ਕਹਿੰਦੀ ਕਿ ਮੈਂ ਨਾ ਰੋਟੀ ਖਾ ਲਵਾਂ। ਖੁਸ਼ਬੂ ਬੜੀ ਪਿਆਰੀ ਆਉਂਦੀ ਪਈ ਆ, ਹਾਏ ਹਾਏ ਹਾਏ, ਬੜਾ ਮਜ਼ੇਦਾਰ। ਮੇਰੇ ਬੇਟੇ ਦਾ ਵੀ ਫੇਵਰੇਟ ਹੈ ਗੋਭੀ ਗੋਸ਼ਤ ਦਾ ਸਾਲਨ, ਗੋਭੀ ਗੋਸ਼ਤ ਹੋ ਗਿਆ, ਟੇਂਡਾ ਗੋਸ਼ਤ ਹੋ ਗਿਆ, ਕੱਦੂ ਗੋਸ਼ਤ ਹੋ ਗਿਆ, ਦਾਲ ਗੋਸ਼ਤ ਹੋ ਗਿਆ, ਫੇਵਰੇਟ ਆ ਸਾਡਾ। ਅਤੇ ਸਿਸਟਰ ਪਕਾਉਂਦੀ ਵੀ ਬਹੁਤ ਮਜ਼ੇ ਦੀ ਹੈ ਨਾ ਗੋਭੀ ਗੋਸ਼ਤ, ਤਕਰੀਬਨ ਸਾਰੇ ਸਾਲਨ ਮੇਰੀ ਭੈਣ ਬਹੁਤ ਟੇਸਟੀ ਪਕਾਉਂਦੀ ਹੈ। ਅੱਛਾ ਜੀ, ਬੱਚੇ ਸਾਰੇ ਨਾਲ ਜਾ ਰਹੇ, ਹੀਰਾ ਨੂੰ ਘਰ ਛੋੜਿਆ ਆ ਤਾਂ ਕਿ ਸ਼ਾਮ ਹੋ ਗਈ ਸੀ, ਮੰਮੀ ਗੁੱਸੇ ਹੋਣ ਲੱਗ ਪਏ ਸੀ। ਮੰਮੀ ਕਹਿੰਦੇ ਕਦੋਂ ਜਾਣਾ ਤੁਸੀਂ? ਯੂਸਫ, ਮੋਇਜ਼, ਅਮਨਾ, ਹਿਬਾ ਸਾਰੇ ਨਾਲ ਜਾ ਰਹੇ ਆ। ਇਹਦੀ ਆਂਟੀ ਹਿਬਾ ਨੂੰ ਕਹਿੰਦੀ, ਹਿਬਾ ਤੈਨੂੰ ਨਾ ਮੇਰੀ ਨਜ਼ਰ ਲੱਗ ਜਾਣੀ, ਤੈਨੂੰ ਫਰੋਕ ਜਿਹੜੀ ਹੈ ਨਾ ਬਹੁਤ ਪਿਆਰੀ ਲੱਗਣ ਦੀ ਆ। ਅਤੇ ਮੋਇਜ਼ ਡਰ ਰਿਹਾ ਆ ਕਿ ਉਹਨਾਂ ਦਾ ਕਿਤੇ ਡੋਗੀ ਨਾ ਹੋਵੇ, ਕੁੱਤਾ ਨਾ ਹੋਵੇ ਵੀ ਸਾਨੂੰ ਪੈ ਜਾਵੇ, ਅਤੇ ਮੋਇਜ਼ ਆਵਾਜ਼ਾਂ ਦੇਣ ਦਿਆ ਵਾ। ਚੱਲ ਨਹੀਂ ਡੋਗੀ ਹੈਗਾ, ਚੱਲ 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 ਜਲਦੀ ਕਰ ਜਲਦੀ। ਹੈਂ, ਉਹ ਕਿਤੇ ਦਰੱਖਤਾਂ 'ਚ ਬੈਠੇ ਹੋਣਗੇ, ਉਹ ਜਾਨਵਰਾਂ ਨੂੰ ਪਾਣੀ ਪਿਲਾਉਂਦੇ ਆ। ਚਲੋ 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 ਚਲੋ। ਇਹ ਜੀ ਮੂੰਗੀ ਦੀ ਕਾਸ਼ਤ, ਇਹ ਬਹੁਤ ਨਾ, ਇਹ ਤਾਂ ਮੂੰਗੀ ਬਹੁਤ ਜੁੜੀ ਪਈ ਆ। ਇਹ ਜੀ ਮੂੰਗੀ ਆ, ਕੁਛ ਪੱਕੀ ਆ ਔਰ ਕੁਛ ਕੱਚੀ ਆ, ਵਾਸ਼ਣ ਖਰਾਬ ਹੋਣ ਦੀ ਆ। ਮੂੰਗੀ, ਤਿਲੀਆਂ, ਤਿਲੀ ਔਰ ਨਾਲੇ ਕਪਾਸ, ਸਾਡੀ ਤਾਂ ਆਪਣੀ ਕਪਾਸ ਸਾਰੀ ਖਰਾਬ ਹੋ ਗਈ ਆ। ਇਹ ਦੇਖੋ। ਅੱਛਾ ਜੀ, ਸੁਬਹਾ ਸੁਬਹਾ ਦਾ ਟਾਈਮ ਆ ਅਤੇ ਹਲਕਾ ਫੁਲਕਾ ਅਸੀਂ ਨਾਸ਼ਤਾ ਕਰ ਲਿਆ ਵਾ ਅਤੇ ਮੈਂ ਆਪਣੇ ਕੱਪੜੇ ਜਿਹੜੇ ਹੈ ਨਾ ਇਹਨਾਂ ਦੀ ਕਟਾਈ ਕਰਨ ਲੱਗੀ ਹਾਂ ਅਤੇ ਮੈਂ ਕਿਹਾ ਆਪਣਾ ਸੂਟ ਵੀ ਉਹੀ ਨਾ ਸਿਲਾਈ ਕਰ ਲਵਾਂ। ਇਹ ਬਾਜ਼ੂ ਅਲੱਗ ਕਰ ਲਿਆ, ਇਹ ਉਹਨਾਂ ਨੇ ਅਜ਼ਾਫੀ ਬਾਰਡਰ ਦਿੱਤਾ ਹੋਇਆ ਵਾ, ਇਹਨੂੰ ਉਤਾਰ ਦਿੰਦੀ ਹਾਂ ਤਾਂ ਕਿ ਮੈਨੂੰ ਇਹਦੀ ਜ਼ਰੂਰਤ ਨਹੀਂ ਹੈ। ਇੱਧਰ ਉੱਧਰ ਹੈ ਬਾਰਡਰ ਅਤੇ ਉਤਾਰ ਦਿੰਦੀ, ਕਿਤੇ ਬੰਦਾ ਕਿਸੇ ਬੱਚੇ ਦੇ ਲਗਾ ਦਿੰਦਾ। ਦੇਖੋ ਇਸ ਤਰ੍ਹਾਂ ਨਾਲ ਇਹਨੂੰ ਉਤਾਰ ਦੇਣਾ ਵਾ, ਹੀਰਾ ਦੇ ਕਿਤੇ ਲਗਾ ਦੂੰਗੀ। ਅਤੇ ਮੈਂ ਕਿਹਾ ਆਪਣੇ ਵੀ ਇੱਕ ਦੋ ਸੂਟ ਸਿਲਾਈ ਕਰ ਲਵਾਂ। ਕੱਲ੍ਹ ਹਿਬਾ ਨੂੰ ਸਿਲਾਈ ਕਰਕੇ ਦਿੱਤੀ ਸੀ ਫਰੋਕ, ਅਤੇ ਅੱਜ ਮੈਂ ਆਪਣਾ ਕਰ ਲੈਂਦੀ ਹਾਂ। ਟਾਈਮ ਹੀ ਨਹੀਂ ਲੱਗਦਾ ਹੈਗਾ, ਬਸ ਹਰ ਦਿਨ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਵਾ, ਕਿਤੇ ਬੰਦਾ ਬਿਮਾਰ ਹੋ ਜਾਂਦਾ ਅਤੇ ਕਿਤੇ ਕੋਈ ਕੰਮ ਅਤੇ ਕਦੀ ਕੋਈ ਕੰਮ। ਵਪਾਰ ਨੇ ਮੱਤ ਮਾਰੀ ਪਈ ਹੈ, ਅੱਲਾ ਦਾ ਸ਼ੁਕਰ ਆ ਕੁਛ ਬਿਹਤਰ ਆ। ਖਾਂਸੀ ਮੈਨੂੰ ਵੀ ਹੋ ਗਈ ਹੋਈ ਆ ਅਤੇ ਅੱਜ ਹਫ਼ਤਾ ਵਾ ਅਤੇ ਸੁਬਹਾ ਘਰ ਵਾਪਸ ਜਾਵਾਂਗੇ। ਅੱਲਾ ਖੈਰ ਰੱਖੇ। ਇਹਨੂੰ ਤੈਅ ਕਰ ਦਿੰਦੇ ਹਾਂ, ਇਹ ਜਿਹੜਾ ਬਾਰਡਰ ਹੈ ਨਾ ਇਹਨੂੰ ਤੈਅ ਕਰ ਦਿੰਦੇ ਹਾਂ ਵੀ ਇਹਦੀ ਜ਼ਰੂਰਤ ਨਹੀਂ ਹੈ। ਹੁਣ ਮੌਸਮ ਵੀ ਸੈੱਟ ਹੋ ਗਿਆ, ਸਹੀ ਹੋ ਗਿਆ ਅਤੇ ਹੁਣ ਜਿੱਦਾਂ ਮਰਜ਼ੀ ਕੱਪੜੇ ਸਿਲਾਈ ਕਰੋ। ਨਾ ਤਾਂ ਬਹੁਤੀ ਸਰਦੀ 'ਚ ਕੱਪੜੇ ਸਿਲਦੇ ਆ ਅਤੇ ਨਾ ਹੀ ਬਹੁਤੀ ਗਰਮੀ 'ਚ ਕੱਪੜੇ ਸਿਲਦੇ ਆ। ਮੈਂ ਕਿਹਾ ਵੀ ਬਸ ਜਿਹੜਾ ਇਹ ਮੌਸਮ ਆ ਨਾ ਇਹਦੇ 'ਚ ਕੱਪੜੇ ਸਿਲਾਈ ਕਰਨੇ ਆ ਆਪਣੇ। ਮੈਂ ਦੋਨੋਂ ਸੂਟ ਜਿਹੜੇ ਹਨ ਕੱਟ ਲੈਣੇ ਆ
ਅਗਰ ਤੇ ਰਹੇ ਤੇ ਆਪਣਾ ਸਿਲਾਈ ਕਰ ਲੂੰਗੀ, ਜੇ ਚਲੇ ਗਏ ਤੇ ਘਰ ਜਾ ਕਟਾਈ ਕੀਤੀ ਹੋਵੇ ਨਾ ਤੇ ਫਿਰ ਬੰਦਾ ਨਾ ਸਿਲਾਈ ਕਰ ਲੈਂਦਾ ਕਿਤੇ ਥੋੜ੍ਹਾ ਬਹੁਤਾ ਟਾਈਮ ਕੱਢ ਕੇ। ਮੇਰੇ ਤਾਂ ਬਹੁਤ ਪਿਆਰਾ ਸੂਟ ਲੱਗਦਾ ਵਾ, ਮੇਰੇ ਦੇਖੇ ਨਹੀਂ ਭੈਣਾਂ ਟਾਈਮ ਕਿਸ ਤਰ੍ਹਾਂ ਲੱਗਦੀ। ਅੱਛਾ ਜੀ, ਦੁਪਹਿਰ ਦਾ ਟਾਈਮ ਆ ਅਤੇ ਦਹੀਂ ਭੱਲੇ ਬਣ ਰਹੇ ਆ, ਦਹੀਂ ਭੱਲੇ, ਦਹੀਂ ਔਰ ਸਬਜ਼ ਮਿਰਚ ਕੁੱਟੀ ਹੋਈ ਫਰੈਸ਼ ਫਰੈਸ਼, ਇਹ ਅੰਮੀ ਜੀ ਨੇ ਤੱਕ ਯਕੀਨ ਹੈ ਮੇਰੀ ਅੰਮੀ ਜੀ ਨੇ ਕੁੱਟੀ ਹੋਈ ਆ। ਚਨੇ ਚਾਟ ਬਣ ਰਹੀ ਆ, ਹਾਂਜੀ ਚਨੇ ਚਾਟ ਬਣ ਰਹੀ ਹੈ ਜੀ, ਸਾਧੀਆ ਕਹਿੰਦੀ ਆ। ਅੱਛਾ ਮੈਂ ਦਹੀਂ ਭੱਲੇ ਨੇ, ਭੱਲੀਆਂ ਨਹੀਂ ਹੈ, ਹੈ ਨਾ ਭੱਲੀਆਂ ਨਹੀਂ ਹੈ, ਚਨੇ ਚਾਟ ਆ, ਭੱਲੀਆਂ ਖਤਮ ਹੋਈਆਂ ਹੋਈਆਂ। ਔਰ ਅਤੇ ਇੱਧਰ ਸਾਧੀਆਂ ਜਿਹੜੀਆਂ ਹੈ ਨਾ ਪਿਆਜ਼ ਕੱਟਣ ਲੱਗੀ ਹੋਈ ਆ, ਬਰੀਕ ਬਰੀਕ ਪਿਆਜ਼। ਔਰ ਇਹ ਜੀ ਟਮਾਟਰ ਆ, ਖੀਰੇ ਕੋਈ ਨਹੀਂ ਹੈ ਬਾਈ, ਬਾਜ਼ਾਰ ਹੀ ਨਹੀਂ ਗਿਆ। ਉਬਲੇ ਹੋਏ ਆਲੂ ਛਿਲਕਾ ਉਤਾਰ ਕੇ ਬਰੀਕ ਬਰੀਕ ਕੱਟ ਲਏ ਆ, ਅਤੇ ਇਹ ਦੋ ਕਿਸਮ ਦੇ ਆਲੂ ਆ, ਵਿੱਚ ਇੱਕ ਮਿੱਠੇ ਔਰ ਇੱਕ ਲੂਣੇ, ਸਾਦੀ ਕਹਿ ਰਹੀ ਆ, ਇੱਕ ਵਾਈਟ ਵਾਈਟ ਆ, ਇੱਕ ਹੈਗੇ ਆ ਜੀ ਯੈਲੋ ਯੈਲੋ, ਟੇਸਟ ਪਤਾ ਨਹੀਂ ਕਿਹਨਾਂ ਦਾ ਜ਼ਿਆਦਾ ਅੱਛਾ, ਚੈੱਕ ਕਰਦੀ ਹਾਂ ਮੈਂ ਖਾ ਕੇ, ਤਾਂ ਤਕਰੀਬਨ ਠੀਕ ਆ, ਜਿਹੜਾ ਵਾਈਟ ਹੈ ਤਾਂ ਚੈੱਕ ਕਰਾਂ, ਦੋਨਾਂ ਦੇ ਤਕਰੀਬਨ ਠੀਕ ਆ। ਇੱਧਰ ਜੀ ਚਨੇ ਉਬਲ ਗਏ ਆ, ਅਤੇ ਪਹਿਲੇ ਢੱਕਣ ਬੰਦ ਕਰਕੇ ਸੀਟੀ ਲਗਾਈ ਸੀ, ਲੇਕਿਨ ਥੋੜ੍ਹੇ ਜਿਹੇ ਨਾ ਹਾਰਡ ਰਹਿ ਗਏ ਸੀ, ਅਤੇ ਹੁਣ ਦੁਬਾਰਾ ਫਿਰ ਅੰਮੀ ਨੇ ਨਾ ਉਵੇਂ ਉੱਪਰ ਰੱਖੇ ਹੋਏ ਆ। ਅਤੇ ਜੀ ਕਾਲੇ ਚਨੇ ਆ, ਵਾਈਟ ਚਨੇ ਖਤਮ ਆ, ਵਾਈਟ ਚਨੇ ਲਿਆਉਂਦੇ ਨਹੀਂ, ਅਤੇ ਕਾਲੇ ਹੀ ਸੀ ਪਾਲ ਕੇ ਅਤੇ ਬਣਾਉਣ ਲੱਗੇ ਆ ਚਨਾ ਚਾਟ ਜੀ। ਹਾਂਜੀ ਇਹ ਘਰ ਦੇ ਚਨੇ ਆ ਇਹ ਵੀ। ਅੱਛਾ ਜੀ, ਹਰੀ ਮਿਰਚ ਔਰ ਜ਼ੀਰਾ ਦਹੀਂ ਐਡ ਕਰ ਲਿਆ ਵਾ, ਅਤੇ ਦਹੀਂ ਵੀ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਿਆ ਵਾ, ਅਤੇ ਹੁਣ ਇਹਦੇ 'ਚ ਅਸੀਂ ਕਾਲੇ ਚਨੇ ਐਡ ਕਰਾਂਗੇ। ਕਾਲੇ ਚਨੇ ਦੀ ਪੂਰੀ ਔਰ ਆਲੂ, ਆਲੂਆਂ ਦੀ ਟੋਕਰੀ, ਪਿਆਜ਼ਾਂ ਦੀ ਟੋਕਰੀ, ਸਾਰੇ ਐਡ ਕਰ ਦਿੱਤੇ ਮੈਂ, ਤੇ ਦੇਖੀ ਜਾਊਗੀ ਫਿਰ ਇਸ ਸਾਰੀਆਂ ਚੀਜ਼ਾਂ ਦੀ ਮਿਕਸਿੰਗ ਕਰਦੇ ਹਾਂ। ਅਤੇ ਟਮਾਟਰ ਜਿਹੜੇ ਮੈਂ ਸਾਰੇ ਕੱਟ ਰਹੀ ਹਾਂ, ਖੁੱਲ੍ਹਾ ਦਹੀਂ ਅਸੀਂ ਪਾਇਆ ਵਾ, ਹਾਂਜੀ ਮੋਈ ਸਾਹਿਬ ਕਹਿ ਰਿਹਾ ਕਿ ਖੁੱਲ੍ਹਾ ਦਹੀਂ ਵੀ ਆ ਅਤੇ ਖੁੱਲ੍ਹੀਆਂ ਪਿਆਜ਼ ਵੀ ਆ, ਅਤੇ ਇਹਦੇ 'ਚ ਜੀ ਮੈਨੂੰ ਨਾ ਘੱਟ ਲੱਗ ਰਹੀਆਂ ਹਰੀਆਂ ਮਿਰਚਾਂ, ਹਰੀਆਂ ਮਿਰਚਾਂ ਸਾਨੂੰ ਹੋਰ ਪਾਣੀਆਂ ਪੈਣਗੀਆਂ ਤਾਂ ਕਿ ਚਾਨਾ ਮਸਾਲਾ ਨਹੀਂ ਹੁੰਦਾਗਾ, ਚੈੱਕ ਕਰ ਲਈ ਪਾਣੀਆਂ ਪੈਣਗੀਆਂ, ਮੈਨੂੰ ਤਾਂ ਲੱਗਦਾ ਸਾਰੀਆਂ ਪਾਣੀਆਂ ਪੈਣਗੀਆਂ, ਪਾ ਦਿਆ ਬੜਾ ਬਿਸਮਿਲਾ, ਤੁਸੀਂ ਤਾਂ ਪਹਿਲੇ ਵੀ ਨਹੀਂ ਖਾਂਦੇ ਬੇਟਾ ਜੀ, ਮੋਇਜ਼ ਨੂੰ ਫਰੂਟ ਚਾਟ ਪਸੰਦ ਆ,
ਕਹਿੰਦਾ ਫੂਡ ਚਾਟ ਜਾਣਾ ਨਾ ਇਹ ਬਾਬੇ ਨੂੰ ਪਸੰਦ ਆ ਮੈਨੂੰ ਪਸੰਦ ਫੂਡ ਚਾਟ ਨੇ ਮੈਨੂੰ ਪਸੰਦ ਹੋ ਗਿਆ ਤਲਾ ਹਾਂਜੀ ਜਿਆਦਾ ਤੋਂ ਤੋਂ ਹਰੀਆਂ ਮਿਰਚਾਂ ਪਾ ਲੀਆਂ ਜੀ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਹਲ ਕਰ ਲੈਂਦੇ ਹਾਂ ਵਿੱਚ ਜੀ ਆਪਣੇ ਨਾਨੀ ਅੱਬੂ ਦੀ ਘੜੀ ਲਾ ਕੇ ਬੈਠੀ ਹੋਈ ਆ ਬਾਅਦ 'ਚ ਕਹਿੰਦੀ ਕਿ ਇੱਕ ਵੱਜ ਚੁੱਕਿਆ ਮਾਮਾ ਜੀ ਦੇਖਣ ਕਿ ਮਾਮਾ ਜੀ ਇੱਕ ਵੱਜ ਗਿਆ ਇੱਕ ਵੱਜ ਕੇ 10 ਮਿੰਟ ਹੋਏ ਸਾਡੀ ਆ ਫਟਾਫਟ ਟਮਾਟਰ ਚਾਹੀਏ ਚਾਹੀ ਮਾਨ ਫਟਾਫਟ ਲੈ ਜੀ ਟਮਾਟਰਾਂ ਦੀ ਪਲੇਟ ਆ ਚਲੋ ਜੀ ਇਹ ਚੈੱਕ ਕਰਾਂ ਦੇਖ ਠੀਕ ਆ ਨਮਕ ਮਿਰਚ ਪਿਆਜ਼ ਸਭ ਠੀਕ ਹੈ